ਜ਼ਿਲ੍ਹਾ ਤਰਨ ਤਾਰਨ ਦੇ ਅਧੀਨ ਪੈਂਦੇ ਪਿੰਡ ਢੋਲਣ ਵਿਖੇ ਲੋਕ ਸੰਘਰਸ਼ ਵੈਲਫੇਅਰ ਸੁਸਾਇਟੀ ਦੀ ਪ੍ਰਧਾਨ ਬੀਬੀ ਰਾਜਵੀਰ ਕੌਰ ਸਿੰਘਪੁਰਾ ਦੀ ਅਗਵਾਈ ਹੇਠ ਮੀਟਿੰਗ ਹੋਈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਨਰੇਗਾ ਮਜ਼ਦੂਰ ਔਰਤਾਂ ਨੇ ਭਾਗ ਲਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਬੀਬੀ ਰਾਜਵੀਰ ਕੌਰ ਨੇ ਦੱਸਿਆ ਕਿ ਲੋੜਵੰਦ ਗਰੀਬ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਵਾਸਤੇ ਕੇਂਦਰ ਅਤੇ ਪੰਜਾਬ ਸਰਕਾਰ ਨੇ ਅਨੇਕਾਂ ਹੀ ਸਕੀਮਾਂ ਚਲਾਈਆਂ ਹੋਈਆਂ ਹਨ, ਪਰ ਉਹਨਾਂ ਸਕੀਮਾਂ ਦਾ ਲਾਭ ਲੋੜਵੰਦ ਗਰੀਬ ਲੋਕਾਂ ਨੂੰ ਨਾ ਮਾਤਰ ਹੀ ਮਿਲ ਰਿਹਾ ਹੈ। ਉਹਨਾਂ ਕਿਹਾ ਕਿ ਗਰੀਬਾਂ ਦੇ ਨਾਮ 'ਤੇ ਬਹੁਤ ਵੱਡੀ ਲੁੱਟ ਰਹੀ ਹੈ। ਉਹਨਾਂ ਇਹ ਵੀ ਦੱਸਿਆ ਕਿ ਪਿੰਡ ਵਿੱਚ ਨਰੇਗਾ ਦਾ ਕੰਮ ਸੈਕਟਰੀ ਪਿੰਡਾਂ ਦੇ ਮੋਹਤਬਰ ਬੰਦਿਆਂ ਦੇ ਕਹਿਣ 'ਤੇ ਹੀ ਦਿੰਦੇ ਹਨ, ਜੋ ਕਿ ਕਾਨੂੰਨ ਦੀ ਉਲੰਘਣਾ ਹੈ। ਉਹਨਾਂ ਕਿਹਾ ਕਿ ਹੁਣ ਕੋਈ ਵੀ ਐਸਾ ਮਸਲਾ ਸਾਹਮਣੇ ਆਇਆ ਤਾਂ ਮਾਣਯੋਗ ਅਦਾਲਤ ਵਿੱਚ ਚਾਰਾਜੋਈ ਕੀਤੀ ਜਾਵੇਗੀ। ਉਹਨਾਂ ਪ੍ਰਧਾਨ ਮੰਤਰੀ ਆਵਾਸ ਯੋਜਨਾ, ਨੈਸ਼ਨਲ ਫੂਡ ਸਿਕਿਉਰਿਟੀ ਐਕਟ, ਆਯੁਸ਼ਮਾਨ ਭਾਰਤ ਅਤੇ ਹੋਰ ਸਰਕਾਰ ਵੱਲੋਂ ਚਲਾਈਆਂ ਸਹੂਲਤਾਂ ਤੋਂ ਜਾਣੂ ਕਰਵਾਇਆ। ਇਸ ਮੌਕੇ ਬੀਬੀ ਸੰਦੀਪ ਕੌਰ ਬਲਾਕ ਪ੍ਰਧਾਨ ਅਤੇ ਬੀਬੀ ਗੁਰਜੀਤ ਕੌਰ ਨੂੰ ਪਿੰਡ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਪਿੰਡ ਦੀਆਂ ਗਰੀਬ ਲੋੜਵੰਦ ਪਰਿਵਾਰ ਦੀਆਂ ਦੁੱਖ ਤਕਲੀਫਾਂ ਅਤੇ ਵੀ ਬੀਬੀ ਰਾਜਵੀਰ ਕੌਰ ਵੱਲੋਂ ਸੁਣੀਆਂ ਗਈਆਂ। ਇਸ ਮੌਕੇ ਇਹਨਾਂ ਨਾਲ ਬੀਬੀ ਅਮਨਦੀਪ ਕੌਰ, ਸਿੰਦਰ ਕੌਰ, ਪਰਮਜੀਤ ਕੌਰ, ਰਾਜ ਕੌਰ, ਪਰਮਜੀਤ ਕੌਰ, ਰਮਨਦੀਪ ਕੌਰ, ਜਸਕਰਨ ਕੌਰ, ਰਣਜੀਤ ਕੌਰ, ਸੰਦੀਪ ਕੌਰ, ਮਨਜੀਤ ਕੌਰ, ਨਵਦੀਪ ਕੌਰ, ਹਰਜੀਤ ਕੌਰ, ਜਗਜੰਗੀਰ ਕੌਰ, ਬਲਵਿੰਦਰ ਕੌਰ, ਮਨਜੀਤ ਕੌਰ, ਰਾਣੀ ਕੌਰ, ਮਨਜੀਤ ਕੌਰ, ਗੁਰਮੀਤ ਕੌਰ, ਕਸ਼ਮੀਰ ਕੌਰ, ਕਮਲਜੀਤ ਕੌਰ ਆਦਿ 50 ਦੇ ਕਰੀਬ ਔਰਤਾਂ ਹਾਜ਼ਰ ਸਨ। ਤਰਨ ਤਾਰਨ ਤੋਂ ਦਲਵੀਰ ਉਦੋਕੇ ਦੀ ਲੋਕ ਭਲਾਈ ਦਾ ਸੁਨੇਹਾ ਟੀਵੀ ਲਈ ਖਾਸ ਰਿਪੋਰਟ। ਨੈਸ਼ਨਲ ਰੂਰਲ ਅਪਲਾਈਮੈਂਟ ਗਰੰਟੀ ਐਕਟ 2013, ਠੀਕ ਆ। ਇਹ ਇਹਦੇ ਵਿੱਚ ਕੀ ਆ ਕਿ ਆਪਾਂ ਨੂੰ ਜਿਹੜੀ ਆਟਾ ਦਾਲ ਸਕੀਮ ਆਉਂਦੀ ਸੀ ਇਹਦੇ ਵਿੱਚ ਨਾ ਤਾਂ ਇਹਦੇ ਵਿੱਚ ਕੀ ਸੀ ਕਿ ਸਰਕਾਰਾਂ ਦਾ ਇਹਦੇ ਵਿੱਚ ਫਰਜ਼ ਬਣਦਾ ਸੀ। ਸਰਕਾਰ ਨੇ ਰੂਲ ਕੱਢੇ ਸੀ ਸੈਂਟਰ ਗੌਰਮੈਂਟ ਨੇ ਕਿ ਇਹ ਜਿਹੜੇ ਕਾਰਡ ਜਿਹੜੇ ਨਾਯੋਗ ਕਾਰਡ ਆ ਨਾ ਉਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾਵੇ। ਜਿਹੜੇ ਗਰੀਬ ਲੋਕਾਂ ਦੇ ਕਾਰਡ ਕੱਟੇ ਗਏ, ਨਜਾਇਜ਼ ਤੌਰ 'ਤੇ ਕੱਟੇ ਗਏ ਆ, ਇਹਨਾਂ ਦੀ ਜਿਹੜੀ ਵੈਰੀਫਿਕੇਸ਼ਨ ਜਿਹੜੀ ਕੀਤੀ ਜਾਵੇ। ਨਾ ਤਾਂ ਅੱਜ ਤੱਕ ਕਿਸੇ ਅਫਸਰ ਨੇ ਕੋਈ ਵੈਰੀਫਿਕੇਸ਼ਨ ਕੀਤੀ ਆ, ਨਾ ਕੋਈ ਕੁਝ ਕੀਤਾ ਵਾ ਕਿ ਇਹ ਚੀਜ਼ਾਂ ਇੱਥੇ ਹੀ ਦੱਬੀਆਂ ਰਹਿ ਗਈਆਂ। ਕਿਉਂ? ਕਿਉਂਕਿ ਜਿਹੜੇ ਲੋਕ ਲੋੜਵੰਦ ਸੀ ਉਹਨਾਂ ਦੇ ਕਾਰਡ ਕੱਟ ਦਿੱਤੇ ਗਏ ਅਤੇ ਜਿਹੜੇ ਨਾਯੋਗ ਸੀ ਉਹਨਾਂ ਨੂੰ ਕਣਕ ਮਿਲਦੀ, ਕਿਉਂਕਿ ਜਿਨ੍ਹਾਂ ਦੀਆਂ ਪੈਲੀਆਂ ਬੰਨੇ ਆ ਜਾਂ ਸਾਰਾ ਕੁਛ ਜਿਨ੍ਹਾਂ ਦੇ ਘਰ ਚਲੋ ਸਹਿੰਦੇ ਘਰ ਆ ਅਤੇ ਜਿਨ੍ਹਾਂ ਨੂੰ ਜ਼ਰੂਰਤ ਨਹੀਂ ਸੀ ਇਸ ਚੀਜ਼ ਦੀ, ਉਹਨਾਂ ਦੇ ਘਰ 'ਚ ਟਰਾਲੀਆਂ ਭਰ ਭਰ ਕਣਕਾਂ ਲੀਆਂ ਜਾਂਦੀਆਂ ਵਾ। ਅਤੇ ਪਰ ਸਾਡੇ ਲੋਕ ਜਿਹੜੇ ਗਰੀਬ ਵਰਗ ਦਾ ਗਰੀਬ ਵਰਗ ਆ ਨਾ ਉਹਨਾਂ ਲੋਕਾਂ ਨੂੰ ਜਿਹੜਾ ਵਾ ਵੀ ਇਹ ਚੀਜ਼ ਤੋਂ ਵਾਂਝੇ ਰੱਖਿਆ ਗਿਆ। ਇਹ ਹਰ ਇੱਕ ਪਿੰਡ 'ਚ ਵੇਖੋ, ਤੁਹਾਡੇ ਦੱਸਣ ਦੀ ਲੋੜ ਨਹੀਂ ਆ, ਮੈਨੂੰ ਸਾਰਾ ਪਤਾ ਵਾ। ਹਰ ਇੱਕ ਜਾਣਕਾਰੀ ਦਾ ਕਾਰਨ ਹੀ ਆ ਇਹੋ ਵੀ ਆਪਾਂ ਨੂੰ ਇਹ ਜਿਹੜੀ ਜਾਣਕਾਰੀ ਨਹੀਂ ਹੈਗੀ, ਅਤੇ ਇਸ ਲਈ ਅਸੀਂ ਵੇਖੋ ਤੁਹਾਡੇ ਕੋਲ ਅੱਜ ਚੱਲ ਕੇ ਇਹੋ ਆਏ। ਜੇ ਧੰਨਵਾਦ ਕਰੋ ਆਪਣੀ ਇਹ ਭੈਣ ਜੀ ਦਾ, ਆਪਣੀ ਗੁਰਜੀਤ ਕੌਰ ਅਤੇ ਸੰਦੀਪ ਕੌਰ ਭੈਣ ਜੀ ਦਾ ਕਿ ਜਿਨ੍ਹਾਂ ਨੇ ਅੱਜ ਵੇਖੋ ਇਹ ਮੀਟਿੰਗ ਰਖਾਈ ਹੈ। ਇਹਨਾਂ ਦਾ ਧੰਨਵਾਦ ਕਰਦੀ ਹਾਂ ਬਹੁਤ ਬਹੁਤ ਜ਼ਿਆਦਾ ਕਿ ਤੁਹਾਨੂੰ ਵੇਖੋ ਇੰਨੀ ਜਾਣਕਾਰੀ ਦੇਣ ਵਾਸਤੇ ਇਹਨਾਂ ਨੇ ਸਾਨੂੰ ਇੱਥੇ ਬੁਲਾਇਆ ਵਾ ਕਿ ਆਪਣੇ ਜਿਹੜੇ ਹੱਕ ਆ ਜਿਹੜੇ ਮਰ ਰਹੇ ਪਿੰਡਾਂ ਦੇ ਵਿੱਚ, ਕਿਉਂਕਿ ਬਹੁਤ ਜ਼ਿਆਦਾ ਸਹੂਲਤਾਂ ਜਿਹੜੀਆਂ ਆਪਣੇ ਪਿੰਡਾਂ ਦੇ ਵਿੱਚ ਆਈਆਂ। ਹੁਣ ਮੰਨ ਲਓ ਕਿਸੀ ਜਿਹੜੇ ਮਿਸਤਰੀ ਆ ਜਿਨ੍ਹਾਂ ਦੇ ਬਣਦੇ ਆ ਲੇਬਰ ਕੋਡ ਦੇ ਕਾਰਡ, ਹੁਣ ਇਹ ਵੇਖੋ ਇਹਦੇ ਵਿੱਚ ਹੀ ਆਪਾਂ ਨੂੰ ਕਈ ਸਹੂਲਤਾਂ ਰਵਾਂ ਦਿੱਤੀਆਂ ਜਾਂਦੀਆਂ ਵਾ ਸਰਕਾਰ ਵੱਲੋਂ, ਸੈਂਟਰ ਗੌਰਮੈਂਟ ਵੱਲੋਂ ਆਪਣੇ ਬੱਚੇ ਨੂੰ ਜਿਹੜਾ ਵਜ਼ੀਫਾ ਦਿੱਤਾ ਜਾਂਦਾ ਵਾ, ਠੀਕ ਹੈ। ਫਿਰ ਮੰਨ ਕੇ ਚਲੋ ਜਦੋਂ ਆਪਣੇ ਬੱਚੇ ਗਾਂ ਅੱਗੇ ਪੜ੍ਹਦੇ ਆ, ਜਦੋਂ ਅੱਗੇ ਦੂਜੀ ਤੀਜੀ ਕਲਾਸ ਤੋਂ ਅੱਗੇ ਜਾਂਦੇ, ਫਿਰ ਇਹਨਾਂ ਨੂੰ 4-4 ਹਜ਼ਾਰ ਰੁਪਏ ਤੋਂ 5-5-6-6 ਹਜ਼ਾਰ ਤੱਕ, ਫਿਰ ਜਦੋਂ ਮੰਨ ਲਓ +2 ਤੱਕ ਪਹੁੰਚਦੇ ਆ ਉਦੋਂ ਉਹਨਾਂ ਨੂੰ ਬੱਚਿਆਂ ਨੂੰ ਜਿਹੜੇ ਆ 50-60 ਹਜ਼ਾਰ ਰੁਪਇਆ ਜਿਹੜਾ ਦਿੱਤਾ ਜਾਂਦਾ ਉਹਨਾਂ ਨੂੰ, 60-70 ਹਜ਼ਾਰ ਜਦੋਂ ਇਹਨਾਂ ਦੀ ਹੁੰਦੀ ਹੈ ਨਾ ਸਕੋਲਰਸ਼ਿਪ ਪੂਰੀ ਹੋ ਜਾਂਦੀ ਜਦੋਂ ਇਹਨਾਂ ਦੇ ਆਪਾਂ +2 ਕਰ ਲੈਂਦਾ ਬੱਚਾ। ਆਪਣੇ ਜਿਹੜੇ ਮੇਨ ਆਪਾਂ ਮਰ ਜਾਂਦੇ ਹਾਂ ਕਿ ਪੜ੍ਹਾਈ ਤੋਂ, ਕਿ ਆਪਾਂ ਨੂੰ ਜਾਣਕਾਰੀ ਨਹੀਂ ਆ ਕਿ ਇਹਨਾਂ ਬੱਚਿਆਂ ਵਾਸਤੇ ਕਿ ਆਪਾਂ +2 ਤੱਕ ਹੀ ਸੀਮਿਤ ਰਹਿ ਜਾਂਦੇ ਹਾਂ। ਉਸ ਤੋਂ ਅੱਗੇ ਆਪਾਂ ਕੀ ਕਹਿ ਦਿੰਦੇ ਹਾਂ ਕਿ ਪੜ੍ਹਾ ਨਹੀਂ ਸਕਦੇ ਕਿ ਫੀਸਾਂ ਬਣੀਆਂ ਕਾਲਜਾਂ ਦੇ ਵਿੱਚ ਬੱਚਿਆਂ ਦੀਆਂ, ਕਿ ਆਪਾਂ ਕੋਰਸ ਵੀ ਨਹੀਂ ਕਰਾ ਪਾਉਂਦੇ ਆਪਣੇ ਬੱਚਿਆਂ ਨੂੰ। ਪਰ ਵੇਖੋ ਇਹ ਜਿਹੜੀਆਂ ਅਦਾਲਤ ਦੀਆਂ ਸਰਕਾਰ ਦੀਆਂ ਗਾਈਡਲਾਈਨਾਂ ਕਹਿੰਦੀਆਂ ਕਿ ਜਦੋਂ ਆਪਾਂ ਬੱਚਿਆਂ ਨੂੰ ਦਾ ਪੜ੍ਹਨੇ ਪਾਉਂਦੇ ਨਾ ਆਪਣੇ ਬੱਚਿਆਂ ਵਾਸਤੇ ਐਸੀ ਕੋਟੇ ਵਾਸਤੇ ਜਿਹੜੀ ਆ ਸੋਸਾਇਟੀ ਆ ਉਹਨਾਂ ਵੱਲੋਂ ਪ੍ਰਧਾਨ ਲਾਇਆ ਗਿਆ। ਹਾਂਜੀ, ਕਿਵੇਂ ਲੱਗਾ ਤੁਹਾਨੂੰ? ਹਾਂਜੀ, ਵਧੀਆ ਲੱਗਾ। ਕਿਵੇਂ ਕੰਮ ਕਰੋਗੇ ਇਹਨਾਂ ਜਿਹੜੇ ਪਿੰਡਾਂ ਦੇ ਗਰੀਬ ਲੋਕਾਂ ਦਾ ਕੰਮ ਹੈ? ਹਾਂਜੀ, ਵਧੀਆ ਤਰੀਕੇ ਨਾਲ ਇਹਨਾਂ ਦਾ ਕੰਮ ਕਰਾਂਗੇ ਅਤੇ ਜਿਹੜੀਆਂ ਇਹਨਾਂ ਨੂੰ ਮੁਸ਼ਕਿਲਾਂ ਆਉਂਦੀਆਂ ਵਾ ਅਤੇ ਉਹਨਾਂ ਦਾ ਹੱਲ ਕਰਾਂਗੇ। ਮੈਂ ਰਾਜਵੀਰ ਦੀਦੀ ਦਾ ਧੰਨਵਾਦ ਕਰਦੀ ਹਾਂ, ਉਹਨਾਂ ਮੈਨੂੰ ਬਲਾਕ ਦੀ ਪ੍ਰਧਾਨ ਬਣਾਇਆ ਵਾ। ਜਿਨ੍ਹਾਂ ਦੇ ਨਾਲੇ ਕੋਠੇ ਪੱਕੇ ਆ ਉਹ ਕੱਚੇ ਆ, ਉਹਨਾਂ ਦੇ ਕੀ ਪੱਕੇ ਬਣਾਵਾਂਗੀ
तो जड़ी सहूलत मिलेगी मैं उन्हों का उही हल करूँगी। तो राजवीर दीदी का मैं धन्यवाद करती हाँ कि उन्होंने मैं ब्लाक की प्रधान बनाया वा। जिमें जी अज पिंड ढोलन के जी मीटिंग की गई है ये की मामला है जी पूरा? हाँ जी वाहगुरू जी का खालसा वाहगुरू जी की फतेह। वीर जी ये अपना इतने इन्हों की जड़िया भी अपने सरकारी सहूलत आदि ने उन्हों बारे जानकारी देने वास्ते जी मीटिंग इतने रखी गई आ। तो इन्हों वेखो जिदा कि अपने आटा दाल स्कीम है यदा वेखो जिमें असली ना नैशनल रूरल इंप्लायमेंट गरंटी एक्ट 2013 के तहत वेखो जी कि वेरीफिकेशन जी सरकार ने किया करने वास्ते वो ना तो अज तक किसी ने वेरीफिकेशन की वो जी कागजा में ही की रह गई है। ठीक है तो ये बारे जानकारी दी है कुछ जी प्रधानमंत्री आवास योजना जी कोठा स्कीम जी आई सी कि जड़िया सरकार ने जेडे कि इन्हों गरीब वर्ग के जड़े ही 2022 तक का टीचा सी सरकार का कि इन्हों जे ही कच्चे मकानों जोड़ा ही पक्का करना सी टाइलों वाले जिन्होंने उन्होंने छत्तां चेंज करनिया ही यह जोड़ा टीचा ही इन्हों का 22 तक का सी कि ये जड़े कंप्लीट करने से अज तक ना तो किसी सरपंच ने मता पाया तो ना ही किसी सरकार ने जी इन्हें जी इनकवायरी की ना ही इन्हों की कोई वेरीफिकेशन हुई। जी अज कोई अहदेदार गए? हाँ जी अच्छी अज अपने गुरजीत कौर भैन जी इन्हों अपन पिंड वजो इन्हों मीत प्रधान लाया वा तो अपनी संदीप भैन जी है इन्हों आप लाया वा ब्लाक बलटोवा दे आप इन्हों ब्लाक प्रधान ला दिता। ठीक है।